ਸਾਡੀ ਆਪਸ 'ਚ ਕੋਈ ਉਹ ਪ੍ਰੋਬਲਮ ਨੀਗੀ, ਅਸੀਂ ਉਹ ਵੀ ਫਿਲਮਾਂ ਕਰ ਰਹੇ, ਮੈਂ ਵੀ ਫਿਲਮਾਂ ਕਰ ਰਿਹਾ, ਔਰ ਜਿਹੜੇ ਸਾਨੂੰ ਕਿਸੇ ਨੇ ਅਪਰੋਚ ਹੀ ਨਹੀਂ ਕੀਤਾ, ਨਾ ਕਿਸੇ ਨੂੰ ਉਹਨੂੰ ਅਪਰੋਚ ਕੀਤਾ, ਨਾ ਕਿਸੇ ਨੇ ਮੈਨੂੰ ਅਪਰੋਚ ਕੀਤਾ। ਦੋ ਜਣੇ ਐਡੇ ਵੱਡੇ ਆਰਟਿਸਟ ਫਿਲਮ 'ਚ ਆਈਏ ਤਾਂ ਫਿਲਮ ਦਾ ਲੈਵਲ ਕੋਈ ਹੋਣਾ ਚਾਹੀਦਾ ਨਾ। ਉਹਨੇ ਰਾਈਟ ਫਿਲਮ ਚੂਜ਼ ਕੀਤੀ, ਮੈਂ ਰਾਈਟ ਫਿਲਮ ਨਹੀਂ ਚੂਜ਼ ਕੀਤੀ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਮੈਂ ਤੁਹਾਡਾ ਹੋਸਟ ਚਾਚਾ ਸਨਰੀ। ਦੋਸਤੋ, ਅੱਜ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਰੌਕ ਸਟਾਰ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਬਾਰੇ। ਕੀ ਖਿਆਲ ਹਨ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਬਾਰੇ? ਦੋਸਤੋ, ਤੁਹਾਨੂੰ ਦੱਸ ਦਈਏ ਕਿ ਦਿਲਜੀਤ ਅਤੇ ਗਿੱਪੀ ਗਰੇਵਾਲ ਨੂੰ ਆਪਾਂ ਸਾਰਿਆਂ ਨੇ ਜਿਹਨੇ ਮੇਰਾ ਦਿਲ ਲੁੱਟਿਆ ਅਤੇ ਮੇਲ ਕਰਾ ਦੇ ਰੱਬਾ ਫਿਲਮ ਵਿੱਚ ਦੇਖਿਆ ਨੂੰ ਦੇਖਿਆ ਸੀ। ਅਤੇ ਹੁਣ ਫਿਰ ਇੱਕ ਵਾਰ ਰਿਪੋਰਟਰ ਦੇ ਪੁੱਛਣ ਤੇ ਗਿੱਪੀ ਗਰੇਵਾਲ ਨੇ ਕਿਹਾ ਕਿ ਜੇਕਰ ਉਹ ਦਿਲਜੀਤ ਨਾਲ ਕੰਮ ਕਰੇਗਾ ਤਾਂ ਉਹ ਕੋਈ ਵੱਡੀ ਫਿਲਮ ਵਿੱਚ ਹੀ ਕਰੇਗਾ ਅਤੇ ਜੇਕਰ ਉਸਨੂੰ ਕੋਈ ਅਪਰੋਚ ਕਰੇਗਾ ਤਾਂ ਉਹ ਬਿਲਕੁਲ ਨਾ ਨਹੀਂ ਕਰੇਗਾ। ਹੋਰ ਕੀ ਕਿਹਾ ਗਿੱਪੀ ਗਰੇਵਾਲ ਨੇ ਦਿਲਜੀਤ ਦੋਸਾਂਝ ਬਾਰੇ? ਦੇਖੋ ਇਸ ਵੀਡੀਓ ਵਿੱਚ। ਸੋ ਦੋਨੇ ਮਹਿੰਗੇ ਆਰਟਿਸਟ ਨੇ, ਦੋਨੇ ਵੱਡੀ ਫਿਲਮ ਹੋ ਜਾਂਦੀ ਆ ਬਹੁਤ ਜ਼ਿਆਦਾ। ਹਾਲੇ ਸਾਨੂੰ ਕਿਸੇ ਨੇ ਅਪਰੋਚ ਹੀ ਨਹੀਂ ਕੀਤਾ, ਨਾ ਕਿਸੇ ਨੂੰ ਉਹਨੂੰ ਅਪਰੋਚ ਕੀਤਾ, ਨਾ ਕਿਸੇ ਨੇ ਮੈਨੂੰ ਅਪਰੋਚ ਕੀਤਾ। ਸਾਡੀ ਆਪਸ 'ਚ ਕੋਈ ਉਹ ਪ੍ਰੋਬਲਮ ਨੀਗੀ, ਅਸੀਂ ਉਹ ਵੀ ਫਿਲਮਾਂ ਕਰ ਰਹੇ, ਮੈਂ ਵੀ ਫਿਲਮਾਂ ਕਰ ਰਿਹਾ, ਔਰ ਜੇ ਸਾਨੂੰ ਕੋਈ ਰਾਈਟ ਫਿਲਮ ਲਿਆ ਕੇ ਦਊਗਾ ਅਸੀਂ ਦੋਨੇ ਕਰਨ ਨੂੰ ਇੰਟਰਸਟਡ ਹਾਂ, ਉਦੋਂ ਵੀ ਕੋਈ ਟਰਬਲ ਨਹੀਂ, ਮੈਨੂੰ ਵੀ ਕੋਈ ਟਰਬਲ ਨਹੀਂ। ਮੈਂ ਕਿਹਾ ਦੋ ਜਣੇ ਐਡੇ ਵੱਡੇ ਆਰਟਿਸਟ ਫਿਲਮ 'ਚ ਆਈਏ ਤਾਂ ਫਿਲਮ ਦਾ ਲੈਵਲ ਕੋਈ ਹੋਣਾ ਚਾਹੀਦਾ ਨਾ। ਠੀਕ ਹੈ, ਜੇ ਦੋ ਜਣਿਆਂ ਤੋਂ ਆ ਕੇ ਵੀ ਫਿਲਮ ਨਾ ਚੱਲੀ ਫਿਰ ਤੁਸੀਂ ਸਵਾਲ ਮੈਨੂੰ ਅਗਲੀ ਵਾਰੀ ਇਹ ਕਰਨਾ ਕਿ ਭਾਅ ਜੀ ਤੁਸੀਂ ਦੋਵਾਂ ਤੋਂ ਵੀ ਨਹੀਂ ਚਲਾ ਹੋਈ, ਉਹਨਾਂ ਨਾਲ ਵਧੀਆ ਤਾਂ ਹੈ ਵੀ ਫਿਲਮ ਵਧੀਆ ਬਣਾਈ ਹੈ। ਜਦੋਂ ਚੀਜ਼ ਬਣਦੀ ਹੈ, ਜਦੋਂ ਚੀਜ਼ ਰਿਲੀਜ਼ ਹੁੰਦੀ ਹੈ, ਜਦੋਂ ਚੀਜ਼ ਆਉਂਦੀ ਹੈ, ਪਤਾ ਨਹੀਂ ਹੁੰਦਾ ਹੈਗਾ ਵੀ ਕਿਹੜੀ ਚੀਜ਼ ਨੇ ਚੱਲਣਾ, ਕਿਹੜੀ ਚੀਜ਼ ਨਹੀਂ ਚੱਲਣਾ। ਉਹਨੇ ਰਾਈਟ ਫਿਲਮ ਚੂਜ਼ ਕੀਤੀ, ਮੈਂ ਰਾਈਟ ਫਿਲਮ ਨਹੀਂ ਚੂਜ਼ ਕੀਤੀ। ਸੋ ਮੈਨੂੰ ਲੱਗਦਾ ਇਹੀ ਫਰਕ ਆ, ਹੋਰ ਤਾਂ ਕੀ ਫਰਕ ਹੋਣਾ ਵਾ। ਹੋਰ ਕੀ ਆ ਵੀ ਬਾਕੀ ਜਿਹਦੀ ਜਦੋਂ ਚੀਜ਼ ਚੱਲਦੀ ਹੈ, ਜਦੋਂ ਅਸੀਂ ਪਹਿਲੀ ਫਿਲਮ ਕੀਤੀ ਸੀ ਜਿਹਨੇ ਮੇਰਾ ਦਿਲ ਲੁੱਟਿਆ, ਸਾਨੂੰ ਦੋਨਾਂ ਨੂੰ ਨਹੀਂ ਸੀ ਪਤਾ ਵੀ ਇਹ ਫਿਲਮ ਇੱਦਾਂ ਚੱਲੂਗੀ, ਔਰ ਉਹ ਫਿਲਮ ਨੇ ਐਸੀ ਹਨੇਰੀ ਠਾਲੀ ਵੀ ਗੱਲਾਂ ਹੀ ਛੱਡ ਦਿਓ, ਔਰ ਬਾਬੇ ਦੀ ਕਿਰਪਾ ਦੇ ਨਾਲ ਕਿੱਡੇ ਵੱਡੇ ਸਟਾਰ ਖੜੇ ਕਰਤੇ। ਔਰ ਦੂਜੀ ਗੱਲ ਇਹ ਆ ਵੀ ਸੋ ਦੋਸਤੋ, ਅੱਜ ਲਈ ਇੰਨਾ ਹੀ। ਤਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਅਤੇ ਇੱਦਾਂ ਦੀ ਹੋਰ ਨਾ ਖਬਰਾਂ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।